ਸ਼੍ਰੀਕਾਲ ਰੰਗਲਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਸਿਮਰਨ ਕੌਰ ਸਵਾਗਤ ਕਰਦੀ ਹਾਂ। ਲੈ ਕੇ ਹਾਜ਼ਰ ਹਾਂ ਖਬਰਾਂ ਦਾ ਹੀ ਬੁਲੇਟਿਨ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਤੇ। ਪਟਿਆਲਾ ਵਿੱਚ ਬੇਰੁਜ਼ਗਾਰ ਅਧਿਆਪਕਾਂ ਤੇ ਪੁਲਿਸ ਨੇ ਕੀਤਾ ਲਾਠੀਚਾਰਜ। ਮਹਿਲਾ ਦਿਵਸ ਤੇ ਧਰਨੇ ਤੇ ਬੈਠੀਆਂ ਮਹਿਲਾਵਾਂ ਨੂੰ ਵੀ ਚੱਲਣੇ ਪਏ ਤਸ਼ੱਦਦ। ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਦੀ ਟੁੱਟੀ ਲੱਤ ਤੇ ਕਈ ਪ੍ਰਦਰਸ਼ਨਕਾਰੀ ਹੋਏ ਜ਼ਖਮੀ। ਭਗਵੰਤ ਮਾਨ ਨੇ ਮੋਗਾ ਤੇ ਬਾਗਾ ਪੁਰਾਣਾ ਵਿੱਚ ਕੀਤੀ ਵਪਾਰੀਆਂ ਨਾਲ ਮੀਟਿੰਗ। ਮੀਟਿੰਗ ਵਿੱਚ ਕੈਪਟਨ ਤੇ ਬਾਦਲ ਤੇ ਕਸੇ ਤੰਜ। ਮਹਿੰਗੀ ਬਿਜਲੀ ਦੇ ਮੁੱਦੇ ਤੇ 16 ਤਰੀਕ ਨੂੰ ਕੀਤਾ ਜਾਵੇਗਾ ਕੈਪਟਨ ਦੀ ਕੋਠੀ ਦਾ ਘਿਰਾਓ। ਦਿੱਲੀ ਵਾਂਗ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਦਿੱਤਾ ਭਰੋਸਾ। ਸਿਹਤ ਵਿਭਾਗ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ ਕੀਤਾ ਗਿਆ ਚੈੱਕਅਪ। ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਭੇਜਿਆ ਜਾਵੇਗਾ ਡੇਰਾ ਬਾਬਾ ਨਾਨਕ ਹਸਪਤਾਲ ਦੇ ਵਿੱਚ। ਸ਼ਰਧਾਲੂਆਂ ਨੂੰ ਕੋਰੋਨਾ ਤੋਂ ਬਚਾਅ ਲਈ ਦਿੱਤੀਆਂ ਗਈਆਂ ਹਦਾਇਤਾਂ। ਜਲਾਲਾਬਾਦ ਦੇ ਪਿੰਡ ਢੰਡੀ ਖੁਰਦ ਦੇ ਲਾਚਾਰ ਪਰਿਵਾਰ ਦੀ ਦਾਸਤਾਨ। ਦਾਣੇ ਦਾਣੇ ਨੂੰ ਤਰਸ ਰਿਹਾ ਹੈ ਪਰਿਵਾਰ। ਪਰਿਵਾਰ ਦੇ 3 ਮੈਂਬਰ ਕੁਦਰਤ ਦੀ ਮਾਰ ਦਾ ਭੋਗ ਰਹੇ ਨੇ ਸੰਤਾਪ। ਬਟਾਲਾ ਵਿੱਚ ਹੋਏ ਮੁਕੇਸ਼ ਦੇ ਕਤਲ ਤੋਂ ਬਾਅਦ ਪਰਿਵਾਰ ਨੇ ਕੀਤੀ ਪ੍ਰੈਸ ਕਾਨਫਰੰਸ। ਪਰਿਵਾਰ ਪੁਲਿਸ ਪ੍ਰਸ਼ਾਸਨ ਦੀ ਜਾਂਚ ਤੋਂ ਨਹੀਂ ਹੈ ਸੰਤੁਸ਼ਟ। ਮ੍ਰਿਤਕ ਪਤਨੀ ਦਾ ਕਹਿਣਾ ਜੇਕਰ ਉਸ ਦੇ ਪਤੀ ਦੇ ਕਾਤਲਾਂ ਨੂੰ ਸਾਹਮਣੇ ਨਾ ਲਿਆਂਦਾ ਗਿਆ ਤਾਂ ਪੁਲਿਸ ਥਾਣੇ ਦੇ ਬਾਹਰ ਕੱਢ ਲਵਾਂਗੀ ਸੁਸਾਈਡ। ਤਰਨ ਤਾਰਨ ਵਿੱਚ ਨੌਜਵਾਨ ਦਾ ਕਤਲ ਕਰਕੇ ਲਾਸ਼ ਸੁੱਟੀ ਸੂਏ ਵਿੱਚ। ਮ੍ਰਿਤਕ ਨੌਜਵਾਨ 15 ਦਿਨ ਪਹਿਲਾਂ ਹੋਇਆ ਸੀ ਲਾਪਤਾ। ਪਿੰਡ ਦਾ ਹੀ ਨੌਜਵਾਨ ਲੈ ਕੇ ਗਿਆ ਸੀ ਆਪਣੇ ਨਾਲ ਮ੍ਰਿਤਕ ਵਿਅਕਤੀ ਨੂੰ। ਪਰਿਵਾਰ ਵਾਲਿਆਂ ਨੇ ਕੀਤੀ ਇਨਸਾਫ ਦੀ ਮੰਗ। ਮਾਨਸਾ ਵਿੱਚ ਨੌਜਵਾਨ ਨੇ ਰੇਲ ਗੱਡੀ ਥੱਲੇ ਆ ਕੇ ਦਿੱਤੀ ਆਪਣੀ ਜਾਨ। ਸੁਸਾਈਡ ਨੋਟ ਤੇ ਪੁਲਿਸ ਅਧਿਕਾਰੀ ਸਣੇ 3 ਵਿਅਕਤੀਆਂ ਦਾ ਲਿਖਿਆ ਨਾਮ। ਪਰਿਵਾਰਕ ਮੈਂਬਰਾਂ ਨੇ ਲਗਾਈ ਇਨਸਾਫ ਦੀ ਗੁਹਾਰ। ਕੋਰੋਨਾ ਵਾਇਰਸ ਕਾਰਨ ਪੰਜਾਬ ਵਿੱਚ ਫੈਲੀ ਦਹਿਸ਼ਤ। ਮਾਰਕੀਟ ਵਿੱਚ ਮਾਸਕ ਤੇ ਸੈਨੀਟਾਈਜ਼ਰ ਦੀ ਹੋਈ ਸ਼ਾਰਟੇਜ। ਮਾਸਕ ਤੇ ਸੈਨੀਟਾਈਜ਼ਰ ਮਹਿੰਗੇ ਭਾਅ ਤੇ ਵੇਚਣ ਵਾਲੇ ਦੁਕਾਨਦਾਰਾਂ ਤੇ ਹੋ ਸਕਦੀ ਹੈ ਸਖ਼ਤ ਕਾਰਵਾਈ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਸਭ ਤੋਂ ਪਹਿਲਾਂ ਰੁਖ ਕਰਦੇ ਹਾਂ ਪਟਿਆਲਾ ਵੱਲ, ਜਿੱਥੇ ਕਿ ETT ਟੈਟ ਪਾਸ ਅਧਿਆਪਕ ਯੂਨੀਅਨ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ, ਜਿਸ ਦੌਰਾਨ ਪੁਲਿਸ ਤੇ ਬੇਰੁਜ਼ਗਾਰ ਅਧਿਆਪਕਾਂ ਵਿਚਕਾਰ ਝੜਪ ਹੋ ਗਈ ਤੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੇ ਲਾਠੀਚਾਰਜ ਕਰ ਦਿੱਤਾ। ਦੱਸ ਦਈਏ ਕਿ ਇਸ ਲਾਠੀਚਾਰਜ ਦੌਰਾਨ ਅੱਧ ਤੋਂ ਵੱਧ ਦਰਜਨ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਦੀ ਇਸ ਪ੍ਰਦਰਸ਼ਨ ਦੌਰਾਨ ਲੱਤ ਵੀ ਟੁੱਟ ਗਈ ਹੈ। ਦੱਸ ਦਈਏ ਕਿ ਇਹ ਪ੍ਰਦਰਸ਼ਨ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਰੋਜ਼ਗਾਰ ਦੀ ਮੰਗ ਲਈ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪ੍ਰਦਰਸ਼ਨਕਾਰੀਆਂ ਵਿੱਚੋਂ 2 ਨੌਜਵਾਨਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਦੇਰ ਸ਼ਾਮੀ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ। ਆਓ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਹਾਂ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਤੇ ਕੀਤੀ ਗਈ ਲਾਠੀਚਾਰਜ ਦੀਆਂ ਇਹ ਤਸਵੀਰਾਂ। ਮੈਨੂੰ ਕਿਉਂਕਿ ਸ਼ਾਇਦ ਇਹ ਕਹਿੰਦੇ ਸ਼ਰਮ ਨਹੀਂ ਆਉਂਦੀ, ਮੁੱਖ ਮੰਤਰੀ ਦਾ ਬੇਸ਼ਰਮ ਹੈ, ਇੱਥੋਂ ਦਾ ਪ੍ਰਸ਼ਾਸਨ ਵੀ ਬੇਸ਼ਰਮ ਹੈ। ਪੰਜਾਬ ਇੱਥੇ ਪੱਗਾਂ ਤੋਂ ਖਿੱਚਿਆ ਜਾ ਰਿਹਾ, ਪੰਜਾਬ ਪੁਲਿਸ ਦੇ ਜਵਾਨ ਖਿੱਚ ਰਹੇ ਜੀ। ਇਸ ਤਰ੍ਹਾਂ ਵੱਡਾ ਲੋਕਤੰਤਰ ਦਾ ਕਾਰਨ ਹੋ ਸਕਦਾ ਹੈ? ਭਗਵੰਤ ਮਾਨ ਦੁਆਰਾ ਅੱਜ ਮੋਗਾ ਦੇ ਬਾਗਾ ਪੁਰਾਣਾ ਵਿਖੇ ਵਪਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਸਟੇਜ ਤੇ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਤੇ ਆਪਣੇ ਅੰਦਾਜ਼ ਵਿੱਚ ਸ਼ਾਇਰੋ ਸ਼ਾਇਰੀ ਕਰਕੇ ਤੰਜ ਕਸੇ। ਆਓ ਦਿਖਾਉਂਦੇ ਹਾਂ ਤੁਹਾਨੂੰ ਵੀ ਇਸ ਦੀਆਂ ਕੁਝ ਤਸਵੀਰਾਂ।
इस मौके पत्रकारों नाल गलबात करदिया भगवंत मान ने कहा कि महंगी बिजली के मुद्दे से 16 तरीक न पटियाला विच कैप्टन अमरिंदर सिंह दी कोठी दा किराओ कीता जाएगा। उन्होंने कहा कि दिल्ली दे सरकारी स्कूलों दे अध्यापकों नू टॉप दियां यूनिवर्सिटियां विच ले जा के ट्रेनिंग दित्ती जा रही है, पर पंजाब दे स्कूलों विच अध्यापक ही पूरे नहीं हन, तां ही पंजाब दे स्कूलों दे नतीजे चंगे नहीं आउंदे। दिल्ली ने दसता जी, दिल्ली ने सबूत देता जी, नहीं तुसी कहो ना दिल्ली ने तो अड्ड है, नहीं गवामां दी पार्टी तो सेम है ना जी, एजेंडा तो सेम है ना जी, पंजाब च थोड़ा जिहा फर्क लगदा नहीं जी, नहीं पंजाब दे विच वी असीं कम्मां दे जातिवाद ते धर्म दे नां ते वोट मंगोगे, देखो साडी पार्टी सैकुलर पार्टी है, सारे धर्म दा सत्कार करदी है, कांग्रेस वी नहीं जी, ओह फिर मंगी जाण जिवें मर्जी, ओह तो जीरो ने, कांग्रेस रहण दो, ठीक है ना। दिल्ली दे विच असीं करदे सी गल सरकारी स्कूलां दी, महल्ला क्लीनिकां दी, बिजली दी, पानी दी, सीसीटीवी दी, औरतां दी सुरक्षा दी, ठीक है, तो दिल्ली की होर डिवेलपमेंट, तो ये करते हेट स्पीचस, प्रवेश वर्मा, अनुराग ठाकुर, तो कपिल मिश्रा, तो पाबंदी भी लगी है इलेक्शन कमीशन वालों, ठीक है ना। ये सिर्फ धर्म नफरत, धर्म पाकिस्तान भारत पंजाब इंडिया पाकिस्तान धर्म नफरत, सो लोगों ने हराते हो, असी तो है ही नहीं जी बच्चे। आम पार्टी वालों 16 तरीक न कैप्टन का कोठी का जो घराव किया जा रहा है बिजली के मुद्दे, हाँ जी देखो बिजली की है, देखो बिजली अरविंद केजरीवाल जी बिजली खरीद के, हालांकि बिजली दिल्ली बनाऊँगी नहीं, खरीद के वह 32 लाख घरों का जीरो बिल आ 53 लाख चो, फिर 1 रुपया 1.5 रुपया जोड़ा यूनिट है उत्थे, ठीक है जी, 500-700 रुपया जी कोई एक लिमिट तो बद यूनिटा फिर, तो इतने असी बिजली बनाने साढ़े इतने 10 रुपये 11 रुपये पता ही नहीं कि एक बल्ब है जी, 2 पखे ने जी, कि बिल है जी 55,000, सो ये इतने क्यों भी इन्नी महंगी है, पूरे मुल्क दे विच बिजली सस्ती है, जबकि पंजाब सरकार मध्य प्रदेश तो उत्थे अंबानिया का एक प्लांट है उत्थों 1 रुपया 60 पैसे बिजली लै रही है पंजाब सरकार मध्य प्रदेश तो, इतने गोइंदवाल तो राजपुरे तो तलवंडी तो 8-8, 9-9 रुपये लै रहे हैं, क्यों भी ये चिट्टे हाथी क्यों बने ने साडे, सानू ये सुखबीर बादल होरां ने समझौते किए, समझौते रिव्यू क्यों नहीं हो सकते भी रिव्यू करो, सो इस मामले असी उत्थे पटियाले दे विच बिजली बोर्ड मूहरे धरना दे के कैप्टन साहब की कोठिया कराओ करांगे, कोठिया कराओ करके तुसीं कनैक्शन कट्टण दी गल कह रहे हो वी कैप्टन दी जिहड़ी कोठी दा कनैक्शन कट्टे जाओ, कैप्टन साहब किन्ना बिल भरदे ने, असीं तां भरी जांदे आ आम लोक, तां कैप्टन साहब किन्ना बिल भरदे ने महलां दा, महल तां प्राइवेट है, महल तां नहीं सरकारी, ठीक है ना, सो पता करांगे असीं। बिल्कुल बिल्कुल, दिल्ली दे इलेक्शन तो बाद पंजाब दे लोकां दा भी बहुत वड्डा हौसला बढ़िया कि हाँ यह पार्टी जिहड़ी है इन्हां नूं सरकार चलाउणी भी आउंदी है, इन्हां नूं सरकार बनाउणी भी आउंदी है, इन्हों पैसे जनरेट भी करने आते हैं, ओपरेट भी करने आते हैं, सो दिल्ली का जोड़ा मॉडल है वो सच्चा मॉडल है, सो अच्छे दिन तो नहीं आए पर सच्चे दिन आ गए दिल्ली पंजाब के पिछले बार 2017 चोणा हुई उन्होंने लगभग तुम नेड़े से पर विरोधी धिर जी बन के तुम लिपरे हो कोई शक नहीं, पर जितों तक सवाल है चेहरे की गल सिख चेहरा पेश ना कर सकना उदों तुम वड्डी गलती कहने हो, पर पंजाब दिल्ली दे विच तुहाडे वल्लों वार वार ये कहा गया कि भाजपा आपका चेहरा नहीं दिखा रही, कि 2022 दे विच चेहरा तुसीं दिखाओगे? बिल्कुल दिखावांगे, सिख चेहरा चाहुंदे आ, देखो जी तुसीं ये तां पार्टी डिसाइड करूगी, कृपा करके तुसीं सवाल करो मैनूं जवाब ना दिओ, ठीक है ना, पार्टी डिसाइड करूगी जिहड़ा भी जिन्हों भी लोग सर्वे करावांगे जिन्हों भी लोग चाहणगे, ठीक है ना, असीं आप खुद इस गलते मानते हैं, देखो कहते जिन्हें कोई गलती नहीं की मतलब उन्होंने कोई काम भी नहीं किया, सो कई बार गलतियां हो जाती हैं पर गलतियां दोबारा नहीं होनी चाहिए, गलतियां तो सीखा। एक सवाल है कैप्टन साहब, उतो दिल्ली तो सीख के आए ना, तीन दिन वास्ते गए थे, एक दिन च ही मुड़े क्योंकि इन्हों पता लग गया ना, हूँ तो सारे देश के ही होगा जी, लोग सरकार देखो असी कहा कि असी जो पार्टी बनाई सी कि असी राजनीति करनी आए, राजनीति बदलना है, बदल रही है ना राजनीति, आ गए ना कमां ते हुण फिर 33% तो 20% दे जवाकां दे नंबर जिहड़े पाके ते 20% जिहड़े नंबर लगोआ पास है जी, इहदे बारे तुहाडा की देखो इह एजुकेशन पॉलिसी नहीं हैगी कि तुसीं कल्ला पास करन वास्ते पढ़ाउंदे हो, पहली गल तां 33-20 क्यों आउंदे ने, टीचर क्यों नहीं दिंदे तुसीं वधिया, दिल्ली दे सरकारी स्कूलों दा रिजल्ट 96% आया जी, प्राइवेट दा 93% है, दिल्ली दे टीचरां नूं प्रिंसीपलों सरकारी स्कूलों हेवर्ड यूनिवर्सिटी, ह्यूस्टन, ऑक्सफोर्ड यूनिवर्सिटी, लंडन ते सिंगापुर दी यूनिवर्सिटियां च लिजा के उन्हां दी
ਉਹਨਾਂ ਨੂੰ ਟ੍ਰੇਨਿੰਗ ਦੇ ਕੇ ਲੈ ਲੇਟੈਸਟ ਪੜ੍ਹਾਉਣ ਦੇ ਤਰੀਕਿਆਂ ਦੀ ਟ੍ਰੇਨਿੰਗ ਦਵਾਈ ਜਾਂਦੀ ਹੈ ਗੌਰਮੈਂਟ ਵੱਲੋਂ, ਤਾਂ ਬੱਚੇ ਨੇ ਤੁਸੀਂ 33-20 ਅਤੇ ਅਸੀਂ 33-20 'ਤੇ ਖੜਾਂਗੇ, 33-20 'ਤੇ ਮੁਕਾਬਲਾ ਤਾਂ ਹੁਣ 99.9 'ਤੇ ਜਾ ਵੜਿਆ। ਜਿਵੇਂ ਸਮਾਰਟ ਸਕੂਲ ਬਣਾਉਣ ਦਾ ਚਲੋ ਉਹਨਾਂ ਨੇ ਰੀਸ ਕਰ ਲਈ, ਪਰ ਪੰਜਾਬ ਦੇ ਵਿੱਚ ਰੰਗ ਪਤੰਗ ਤਾਂ ਬਹੁਤ ਹੋ ਗਏ ਆ, ਜਿਹੜੇ ਬੱਚੇ ਸਮਾਰਟ ਨਹੀਂ ਬਣ ਰਹੇ, ਕਿਉਂਕਿ ਬੱਚਿਆਂ ਨੂੰ ਪਤਾ ਲੱਗਿਆ ਵੀ ਨਕਲਾਂ ਕਰਾ ਕੇ ਉਹਨਾਂ ਨੂੰ ਚੰਗੇ ਨੰਬਰ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਤੁਸੀਂ ਇਸ ਸੰਬੰਧ ਕੀ ਕਰੇ? ਅਤੇ ਮੈਂ ਇਹੀ ਕਹਿਣਾ ਕਿ ਦੇਖੋ ਬੱਚਿਆਂ ਨੂੰ ਤੁਸੀਂ ਇਹ ਨਾ ਕਰੋ ਕਿ ਪਾਸ ਹੋ ਗਿਆ ਜੀ ਇੱਕ ਹੋਰ ਪਾਸ ਹੋ ਗਿਆ, ਕਿਉਂਕਿ ਅੱਗੇ ਜਾ ਕੇ ਕਿਤੇ ਨਾ ਕਿਤੇ ਜਾ ਕੇ ਤਾਂ ਉਹਨਾਂ ਨੂੰ ਫਿਰ ਜੇ ਪ੍ਰਾਈਵੇਟ ਸੈਕਟਰ 'ਚ ਵੀ ਜਾਣਾ ਜਾਂ ਕਿਤੇ ਕੰਪੀਟੀਸ਼ਨ ਇੰਨਾ ਹੈ ਕਿ ਉਹਨਾਂ ਨੂੰ ਕੰਪੀਟ ਤਾਂ ਫਿਰ ਇਕੱਠਿਆਂ ਨੂੰ ਕਰਨਾ ਪਊ ਸਾਰਿਆਂ ਨੂੰ, ਸਰਕਾਰੀ ਅਤੇ ਪ੍ਰਾਈਵੇਟ ਵਾਲਿਆਂ ਨੂੰ ਕਿਤੇ ਨਾ ਕਿਤੇ ਕਿਸੇ ਟੈਸਟ ਦੇ ਵਿੱਚ ਉੱਥੇ ਫਿਰ ਰਹਿ ਜਾਂਦੇ ਨੇ ਉਹ। ਸੋ ਇਸ ਕਰਕੇ ਟੀਚਰਾਂ ਨੂੰ ਭਰਤੀ ਕਰੋ, ਦੇਖੋ ਸਕੂਲ ਟੀਚਰਾਂ ਤੋਂ ਖਾਲੀ ਪਏ ਨੇ, ਉਹ ਸਕੂਲ ਦੇ ਸਾਹਮਣੇ ਜਿਹੜੀ ਟੈਂਕੀ ਉਹਦੇ ਟੀਚਰ ਜਿਹੜੇ ਬੈਠੇ ਨੇ, ਉਹ ਟੈਟ ਪਾਸ, ਟੈਟ ਦਾ ਇਗਜ਼ਾਮ ਬਹੁਤ ਔਖਾ ਇਗਜ਼ਾਮ ਹੈ, ਟੈਟ ਪਾਸ, ਬੀ ਐਡ, ਹੈ ਨਾ, ETT, ਉਹ ਤਾਂ ਬੇਰੁਜ਼ਗਾਰ ਫਿਰਦੇ ਨੇ, ਸਕੂਲ ਖਾਲੀ ਪਏ ਨੇ। ਫਿਰ ਤੁਸੀਂ ਉੱਥੇ ਜਾ ਕੇ ਤੁਸੀਂ ਝੂਠ ਬੋਲ ਕੇ ਆਉਣੋ ਦਿੱਲੀ ਕਿ ਅਸੀਂ ਇੰਨੇ ਸਕੂਲ ਸਮਾਰਟ ਬਣਾ ਤੇ ਇੰਨੇ ਲੱਖ ਮੈਂ ਕਰ ਦੂੰ, ਕਿੱਥੇ ਕਰਤੇ ਮੈਨੂੰ ਦਿਖਾਓ। ਜਿਹੜਾ ਕ੍ਰਿਸ਼ਨ ਕੁਮਾਰ ਆ ਉਹ ਹਮੇਸ਼ਾ ਟੀਚਰਾਂ ਦੇ ਤਲਵਾਰ ਰੱਖਦਾ ਹੈਗਾ ਵੀ ਸਾਨੂੰ ਚੰਗੇ ਰਿਜ਼ਲਟ ਦਿਓ, ਵੀ ਕ੍ਰਿਸ਼ਨ ਕੁਮਾਰ ਕਿਉਂ ਇਹਨਾਂ ਦਾ ਟੀਚਰਾਂ ਨੂੰ ਤੰਗ ਕਰਦਾ, ਪਰ ਟੀਚਰ ਆਪਦਾ ਰਿਜ਼ਲਟ ਦੇਣ ਨੂੰ ਤਿਆਰ ਨੇਗੇ, ਪਰ ਉਹ ਕਲਾਸ ਲੈਵਲ ਤੇ ਵੀ ਆਪਦੇ ਜਿਹੜੇ ਟੈਸਟ ਵਗੈਰਾ ਲੈ ਕੇ ਉਹਨਾਂ ਦਾ ਸੁਧਾਰ ਨਹੀਂ ਕਰ ਰਹੇ, ਕਿਉਂਕਿ ਉੱਥੇ SC ਕਾਰਡ ਦੇ ਬੱਚੇ ਹੀ ਪੜ੍ਹ ਰਹੇ ਆ, ਕਿਉਂਕਿ ਜਨਰਲ ਕੈਟਾਗਰੀ ਦਾ ਪ੍ਰਾਈਵੇਟ ਸਕੂਲਾਂ 'ਚ ਬਹੁਤ ਘੱਟ। ਪਹਿਲੀ ਗੱਲ ਤਾਂ ਵਿਸ਼ਵਾਸ ਕਿਉਂ ਵਿਸ਼ਵਾਸ ਉੱਠ ਗਿਆ ਨਾ, ਕਿਉਂਕਿ ਰਿਜ਼ਲਟ ਅੱਛੇ ਨਹੀਂ ਹੁੰਦੇ ਤਾਂ ਇਨਫਰਾਸਟ੍ਰਕਚਰ ਹੈ ਨਹੀਂ ਸਕੂਲਾਂ 'ਚ, ਹੁਣ ਟੀਚਰ ਤਾਂ ਦਲੀਆ ਬਣਾਉਂਦੇ ਰਹਿੰਦੇ ਨੇ, ਉਹ ਪੜ੍ਹਾਉਣਗੇ ਕਦੋਂ? ਉਹ ਦੋ ਤਿੰਨ ਟੀਚਰ ਹੁੰਦੇ ਨੇ, ਫਿਰ ਬੈਠਣ ਨੂੰ ਬੈਂਚ ਹੈ ਨਹੀਂ, ਕਮਰੇ ਹੈ ਨਹੀਂ, ਠੀਕ ਹੈ, ਪੀਣ ਨੂੰ ਪਾਣੀ ਹੈ ਨਹੀਂ। ਸੋ ਜਦੋਂ ਇਨਫਰਾਸਟ੍ਰਕਚਰ ਦਿਓਗੇ, ਮਾਹੌਲ ਦਿਓਗੇ ਤਾਂ ਹੀ ਰਿਜ਼ਲਟ ਅੱਛੇ ਹੋਣਗੇ। ਲੋਕ ਤਾਂ ਕਹਿੰਦੇ ਨੇ ਵੀ ਇੱਕ ਵਾਰ ਇੱਕ ਸਿੱਖ ਚਿਹਰਾ ਦੋ ਵੱਡੇ ਧਨਾਟਾਂ ਨੂੰ ਪਛਾੜ ਕੇ ਪਾਰਲੀਮੈਂਟ 'ਚ ਪਹੁੰਚ ਜਾਂਦਾ, ਅਤੇ ਹੋਰ ਵੇਖਣ ਦੀ ਕੀ ਲੋੜ ਹੈ ਫਿਰ ਉਸ ਸਿੱਖ ਚਿਹਰੇ ਨੂੰ? ਕੋਈ ਗੱਲ ਨਹੀਂ ਜੀ, ਕੋਈ ਕਿਉਂ ਨਹੀਂ ਪੇਸ਼ ਕੀਤਾ ਜਾ ਰਿਹਾ। ਕੋਰੋਨਾ ਵਾਇਰਸ ਦੀ ਦਹਿਸ਼ਤ ਪੂਰੀ ਦੁਨੀਆ ਵਿੱਚ ਹੈ। ਕੋਰੋਨਾ ਵਾਇਰਸ ਤੋਂ ਬਚਾਅ ਦੇ ਲਈ ਹੁਣ ਪੰਜਾਬ ਵਿੱਚ ਵੀ ਜਗ੍ਹਾ ਜਗ੍ਹਾ 'ਤੇ ਲੋਕਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਸ਼੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਵੀ ਚੈਕਿੰਗ ਕੀਤੀ ਗਈ ਹੈ। ਦੱਸ ਦਈਏ ਕਿ ਕਰਤਾਰਪੁਰ ਟਰਮੀਨਲ ਦੇ ਅੰਦਰ ਸਿਹਤ ਵਿਭਾਗ ਦੇ ਵੱਲੋਂ ਸ਼ਰਧਾਲੂਆਂ ਦੇ ਚੈੱਕਅਪ ਲਈ ਅਲੱਗ ਕਾਊਂਟਰ ਬਣਾਏ ਗਏ ਨੇ, ਜਿੱਥੇ ਕਿ ਸ਼ਰਧਾਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਹਦਾਇਤਾਂ ਵੀ ਦਿੱਤੀਆਂ ਜਾ ਰਹੀਆਂ ਨੇ। ਦੱਸ ਦਈਏ ਕਿ ਜੇਕਰ ਇਸ ਚੈਕਿੰਗ ਦੌਰਾਨ ਕੋਈ ਸ਼ੱਕੀ ਮਰੀਜ਼ ਪਾਇਆ ਗਿਆ ਤਾਂ ਉਸਨੂੰ ਡੇਰਾ ਬਾਬਾ ਨਾਨਕ ਹਸਪਤਾਲ ਦੇ ਵਿੱਚ ਭੇਜਿਆ ਜਾਵੇਗਾ। ਕਰਤਾਰਪੁਰ ਸਾਹਿਬ ਕੋਰੀਡੋਰ ਦਾ ਏਰੀਆ ਹੈ ਡੇਰਾ ਬਾਬਾ ਨਾਨਕ ਵਿਖੇ, ਔਰ ਇੱਥੇ ਜਿੰਨੇ ਵੀ ਪੇਸ਼ੈਂਟ ਕਰਤਾਰਪੁਰ ਸਾਹਿਬ ਵਿਜ਼ਿਟ ਕਰਨ ਲਈ ਜਾਂਦੇ ਆ ਉਹਨਾਂ ਦੀ ਇੱਥੇ ਕੋਰੋਨਾ ਵਾਇਰਸ ਵਾਸਤੇ ਚੈਕਿੰਗ ਹੋ ਰਹੀ ਹੈ, ਔਰ ਕੋਈ ਵੀ ਜਿਹੜਾ ਨਿਸ਼ੱਕੀ ਮਰੀਜ਼ ਮਿਲੇਗਾ ਜਿਹਦੀ ਕੁਝ ਸਿਮਟਮਸ ਸ਼ੋਅ ਕਰਨਗੇ ਕਿ ਉਹਨੂੰ ਕੋਰੋਨਾ ਵਾਇਰਸ ਹੋ ਸਕਦਾ, ਉਹਦੇ ਵਾਸਤੇ ਆਪਾਂ ਫਿਰ ਉਹਨੂੰ ਟੈਸਟ ਲਈ ਸਿਵਲ ਹੋਸਪਿਟਲ ਡੇਰਾ ਬਾਬਾ ਨਾਨਕ ਵਿਖੇ ਰੈਫਰ ਕਰਾਂਗੇ, ਔਰ ਉਹਨੂੰ ਜੇ ਪੋਜ਼ਿਟਿਵ ਪਾਇਆ ਜਾਂਦਾ ਤਾਂ ਆਈਸੋਲੇਸ਼ਨ ਵਾਰਡ 'ਚ ਰੱਖਿਆ ਜਾਵੇਗਾ। ਸ਼ਰਧਾਲੂਆਂ ਨੂੰ ਇਹ ਸਮਝਾਇਆ ਜਾਂਦਾ ਹੈ ਕਿ ਕੋਈ ਤੁਸੀਂ ਜੇ ਜਾਣਾ ਆਪਣਾ ਮੂੰਹ ਢੱਕ ਕੇ ਰੱਖਣਾ ਹੈ, ਨੱਕ ਢੱਕ ਕੇ ਰੱਖਣਾ ਹੈ, ਮਾਸਕ ਪਹਿਨੋ, ਮਾਸਕ ਨਹੀਂ ਹੈ ਤਾਂ ਉਹਨਾਂ ਨੂੰ ਹੈਂਕੀ ਵਗੈਰਾ ਯੂਜ਼ ਕਰੋ, ਜੇ ਹੈਂਕੀ ਨਹੀਂ ਹੈ ਟਿਸ਼ੂ ਪੇਪਰ ਤਾਂ ਤੁਸੀਂ ਯੂਜ਼ ਕਰ ਸਕਦੇ ਹਨ, ਔਰ ਕਿਸੇ ਦੇ ਨਾਲ ਹੈਂਡਸ਼ੇਕ ਵਗੈਰਾ ਨਹੀਂ ਕਰਨਾ, ਹੱਥ ਨਹੀਂ ਮਿਲਾਉਣਾ, ਔਰ ਘੱਟ ਤੋਂ ਘੱਟ ਚੀਜ਼ਾਂ ਨੂੰ ਟੱਚ ਕਰਨਾ, ਔਰ ਜੇ ਹੋ ਸਕੇ ਤਾਂ ਗਲਵਸ ਵੀ ਪਹਿਨ ਲੈਣ ਪਹਿਨੇ ਚਾਹੀਦੇ। ਡੇਲੀ ਦੇਖ ਲਓ, ਡੇਲੀ 500 ਤੋਂ ਉੱਪਰ ਹੀ ਹੁੰਦੇ ਆ, ਔਰ ਕਈ ਵਾਰੀ 1000 ਹੋ ਜਾਂਦੇ ਆ, 1500 ਹੋ ਜਾਂਦੇ ਆ, 2000 ਹੋ ਜਾਂਦੇ ਆ, ਡੇਲੀ ਮਿਨੀਮਮ 500 ਆ ਜਾਂਦੇ ਆ। ਅਤੇ ਇੱਥੇ ਚੈਕਿੰਗ ਹੀ ਹੋ ਰਹੀ ਹੈ ਬਸ, ਕਰੋਨਾ ਦੇ ਸਕਰੀਨਿੰਗ ਕਰਾ ਰਹੇ ਨੇ, ਇਹੀ ਚੈਕਿੰਗ ਹੋ ਰਹੀ ਹੈ। ਕੀ ਲੱਗਾ, ਠੀਕ ਹੋ ਰਿਹਾ? ਨਹੀਂ ਠੀਕ ਹੋ ਰਿਹਾ, ਬਹੁਤ ਅੱਛਾ ਹੋ ਰਿਹਾ, ਬਹੁਤ ਅੱਛਾ ਹੋ ਰਿਹਾ, ਐਦ ਕਰਨਾ ਹੀ ਪਿਆ। ਜੰਮੂ ਸੇ ਆ ਰਹੇ ਹਾਂ। ਕੀ ਹੋ ਰਿਹਾ ਯਹਾਂ ਪੇ? ਯਹਾਂ ਸੇ ਬਸ ਕਰੋਨਾ ਕੀ ਚੈਕਿੰਗ ਹੈ, ਯਹ ਅੱਛਾ ਹੋ ਰਿਹਾ ਹੈ ਸਭ। ਠੀਕ ਹੈਗਾ ਜੀ, ਬਹੁਤ ਵਧੀਆ ਉਪਰਾਲਾ, ਹੋਣਾ ਵੀ ਚਾਹੀਦਾ, ਔਰ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕੰਮ ਆ। ਹੁਣ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਖਬਰਾਂ ਦੇ ਇਸ ਬੁਲੇਟਿਨ ਵਿੱਚ। ਜਲਾਲਾਬਾਦ ਦੇ ਪਿੰਡ ਢੰਡੀ ਖੁਰਦ ਦੇ ਇੱਕ ਪਰਿਵਾਰ ਦੀ ਅਸੀਂ ਤੁਹਾਨੂੰ ਉਹ ਦਾਸਤਾਨ ਹੁਣ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਵਿੱਚੋਂ ਵੀ ਹੰਝੂ ਆ ਜਾਣਗੇ।
हर एक माँ प्यो का सुपना होंगे कि उन्होंने बच्चे व्डे हो के उन्होंने सुपने पूरे कर, पर जेकर कुदरत की मार पै जाए तो माँ प्यो के सुपने अधूरे रह जाते हैं। अजिहाई मामला है जलालाबाद के पिंड टंडी खुड के एक परिवार का, जिथे कि एको परिवार के तीन मैंबर कुदरत की मार का संताप भोग रहे हैं। इन्होंने पीड़ित बच्चों की हालत इन्नी खराब हो गई है कि वह चंगी तरह चल फिर भी नहीं सकते, तो इन्होंने बच्चों को संभालने वाली सिर्फ इन्हों की माँ ही है। पीड़ित बच्चों की माँ ने दसा कि वह अपने पति समेत दिहाड़ी मजदूरी करके इन्हों बच्चों का पालन पोषण करती सी, पर उसके पति की मौत तो बाद उन्हों का गुजारा भी हुण बड़ी मुश्किल नाल चलता है। दस दईए कि परिवार से तकरीबन 5 लाख का कर्जा भी है। भैन जी, ये बच्चे कदों तो है इस तरीके से और अज तक तू किस तरीके की हेल्प हुई है सर? वीरवा दसो। बस हूँ इन्हों की 3-4 साल हो गए पुलिस ना लगिया, बस अगे तो अस करो कमा कमूत खवा देना, तो पापा है असं खवादा रही है, फिर उस तो बाद पुलिस परसेंट बन गए, फिर पुलिस ना लग गई, फिर वो मिलदिया रही। बस इस उत्ते और कोई चीज़ नहीं सू मिली पुलिस तो, लेकिन दाने दुने तो मिलते ही पैन सारी दुनिया नाली है। नहीं, इस इन बच्चों के नाल जो कुदरती है ये कितों जन्म तो ही है? वड्डा काका जन्म तो है। अच्छा। हाँ, बलविंदर सिंह। हाँ, दूजे दो बाद 4-4 साल हो गए, 5 साल उस तो बाद होएगा। उस तो बाद हाँ चल दे। आज ते इन्नी वड्डी ग्रुपी हुई आई हुई है, तो हूँ तक तू प्रशासन ज कोई उच्च अधिकारियों से तुम उमंग की हो तू? कुछ नहीं, मांगे आते देवे देवे आवला साहब बनाएगा, कैप्टन आंदा, मैं सारा कुछ करांगा, ब्लाक मैं जित जावा, सारे रल मिल वोटा पाइया, भी कुछ न कुछ देवे, कोई नहीं कुछ मिलेगा बच्चों। जो कहते कि वो लारे ला दे? हाँ, लारे ला दे। कुछ दिता? कुछ नहीं ना। और तुसी अज इस पोजिशन से हो, क्योंकि इन्होंने बच्चों का पालन पोषण भी जिस हिसाब ना असं देख रहे हैं बहुत मुश्किल है। हाँ। किस तरीके हम तुसी कर रहे हो? हूँ औखा ही, बहुत ही औखा टाइम है, बहुत ही औखा, जिन्ना ही आखो उन्ना ही आखो। हाँ, हम तुसी की मांग करते हो किस लोगों तो, कि प्रशासन तो और लोगों तो की मांग करते हो और सरकार तो? कोई देवन सानू तो कोई असी बाला बच्चन खवान पाउन मेरा होवे, चल पैली पुली हैगी मेरे को, चल जे दो कनाली तीन छड़ा लवा, दाने चक लवा, वो करते ही कुछ नहीं। वो तो हूँ मैं तो यही सोचा भी आप वेच के तो कर्जा ला लेने, तो आपे फिर खाते फिरेंगे किदू। किन्ना को कर्जा? कर्जा है 5 लाख मेरे ते। हाँ, तो इन बारे किसी डीसी साहब या उच्च अधिकारियों मिले जी? जाते रहे, कोई नहीं, उत्थे मिलते सीधे साहब को मिलता ही नहीं है, मैं बंदे बच्चे होर पाए जाते हैं, वो अगू गल करा देंगे, सवेरे करा देंगे, परसों से वो गए फाजल के आता उत्थे, फिर भजे फिर उत्ते किन्ने भांद तो डीसी पेश होंगे, फिर तो उन्हें कहीं इन्ने दिनों तो काम हो जाए, तो कुछ भी नहीं होगा, हूँ 2-3 महीने इस गल न हो गए। कोई भी अधिकारी इतने नहीं आता? ना आता कोई नहीं है, ना कोई भी नहीं आया, यानी कि उपरले लेवल से, यानी कि हाई लेवल से, यानी कि लारे लग रहे हैं? हाँ, लारे ही लाते पैन, कोई नहीं आता। जी माता जी, तुसी आज एक पीड़ित परिवार अंगिन बच्चे असी नहीं कह सकते कुदरत दी मार है, उन्होंने घर विच पुज्जो, तुहाडे बच्चे की लगते ने? ये मेरे भतीजे नूं, मेरा भरा मेरे तो छोटा हैगा सी जी। ਇਹਨਾਂ ਨੂੰ ਕੀ ਹੋਇਆ ਸੀਗਾ? ਇਹਨਾਂ ਨੂੰ ਵੱਡੇ ਕਾਕੂ ਨੂੰ ਤਾਂ ਸ਼ੁਰੂ ਤੋਂ ਹੋ ਗਿਆ ਸੀਗਾ ਪੋਲੀਓ, ਦੂਜੇ ਬੱਚੇ ਖੇਤੋਂ ਆਉਂਦੇ ਸੀ ਸਕੂਲ ਪੜ੍ਹਦੇ ਸੀ, 4-4 ਸਾਲਾਂ ਦੇ ਹੋ ਗਏ ਸੀ ਬੱਚੇ, ਇਹ ਮੇਰੇ ਭਤੀਜੇ ਹੈਗੇ ਨੇ। ਇਹ ਖੇਡਦੇ ਹਨ ਕੁਦਰਤ? ਹਾਂ, ਖੇਡਦੇ ਨੂੰ ਹੋ ਗਏ ਸੀਗੇ। ਕਿੰਨੀ ਦੇਰ ਤੋਂ ਇਹ ਬੱਚੇ ਜਿਹੜੇ ਸ਼ਿਕਾਰ ਹੋਏ ਨੇ ਪੋਲੀਓ ਦੇ ਸ਼ਿਕਾਰ ਹੋਏ ਨੇ? ਇਹਨਾਂ ਨੂੰ ਹੁਣ ਹੋ ਗਏ 20-25 ਸਾਲ ਹੋ ਗਏ ਇਹਨਾਂ ਬੱਚਿਆਂ ਨੂੰ। ਅਤੇ ਤੁਹਾਡਾ ਜਿਹੜਾ ਭਰਾ ਸੀ ਹੁਣ ਸਾਨੂੰ ਪਤਾ ਲੱਗਿਆ ਵੀ ਉਹਦੀ ਡੈਥ ਹੋ ਚੁੱਕੀ, ਇਹਨਾਂ ਦਾ ਗੁਜ਼ਾਰਾ ਪਹਿਲਾਂ ਕਿਵੇਂ ਚੱਲਦਾ ਸੀ ਅਤੇ ਹੁਣ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਕਿਵੇਂ ਇਹਨਾਂ ਦਾ ਗੁਜ਼ਾਰਾ ਚੱਲ ਰਿਹਾ? ਪਹਿਲਾਂ ਇਹਨਾਂ ਕੋਲ ਜ਼ਮੀਨ ਹੈਗੀ ਸੀ ਅਤੇ ਬੱਚਿਆਂ ਨੂੰ ਲੈ ਜਾਂਦੇ ਸੀ। ਕਿੰਨੀ ਜ਼ਮੀਨ ਸੀ? ਇਹਨਾਂ ਕੋਲ 9 ਕਨਾਲੀ ਹੈਗੀ ਸੀ ਜ਼ਮੀਨ, ਬੱਚਿਆਂ ਨੂੰ ਲੈ ਜਾਂਦੇ ਸੀ ਜੈਪੁਰ ਲੈ ਗਏ ਨੂੰ, ਬੀਕਾਨੇਰ ਲੈ ਗਏ ਨੂੰ, ਉੱਥੇ ਬੱਚਿਆਂ ਦੇ ਇਲਾਜ ਕਰਾਉਂਦੇ ਰਹੇ ਨੂੰ, ਜਦੋਂ ਬਿਲਕੁਲ ਖਾਲੀ ਹੋ ਗਏ ਨੂੰ, ਆਪ ਕਰਦਾ ਸੀ ਫਰਨੀਚਰ ਦਾ ਕੰਮ, ਪੰਜਾਬ ਸਿੰਘ ਮਿਸਤਰੀ, ਉਹਦੇ 'ਚ ਗੁਜ਼ਾਰਾ ਨਾ ਤਾਂ ਚੱਲੀ ਗਿਆ, ਉਸ ਤੋਂ ਬਾਅਦ ਇਹ 'ਚ ਉਹਦੇ ਕੋਲ ਕੰਮ ਨਹੀਂ ਹੁੰਦਾ ਸੀ, ਉਹਨੂੰ ਸ਼ੂਗਰ ਹੋ ਗਈ ਸੀ, 17 ਸਾਲ ਹੋ ਗਏ ਨੇ ਉਹਨੂੰ ਸ਼ੂਗਰ ਹੋਈ ਨੂੰ। ਅੱਛਾ, 17 ਸਾਲ ਹੋ ਗਏ। ਕਿੰਨੀ ਦੇਰ ਪਹਿਲਾਂ ਤੁਹਾਡੇ ਜਿਹੜੇ ਭਰਾ ਸੀਗੇ ਉਹਨਾਂ ਦੀ ਡੈਥ ਹੋਈ ਹੈ? ਇਹਦੀ 5ਵਾਂ ਮਹੀਨਾ ਲੱਗ ਪਿਆ। ਅੱਛਾ ਜੀ।
ਇਹਦੀ 22 ਤਰੀਕ ਨੂੰ ਡੈਥ ਹੋਈ ਸੀ। ਹੁਣ ਕਿਸ ਤਰ੍ਹਾਂ ਇਹ ਪਰਿਵਾਰ ਦੇ ਤੁਸੀਂ ਵੀ ਨਾਲ ਇਹਨਾਂ ਨਾਲ ਸਹਿਯੋਗ ਕਰ ਰਹੇ ਹੋ, ਮਾਤਾ ਜਿਹੜੇ ਬੱਚਿਆਂ ਦੇ ਨੇ, ਇਹਨਾਂ ਬੱਚਿਆਂ ਦੇ ਪਾਲਣ ਪੋਸ਼ਣ ਦਾ ਤੁਸੀਂ ਵੀ ਜ਼ਿੰਮਾ ਲੈ ਰਹੇ ਹੋ, ਤੁਸੀਂ ਹੁਣ ਸਰਕਾਰਾਂ ਤੋਂ ਔਰ ਸਮਾਜ ਸੇਵੀ ਸੰਸਥਾਵਾਂ ਤੋਂ ਕੀ ਉਮੀਦ ਕਰਦੇ ਹੋ? ਅਸੀਂ ਉਮੀਦ ਕਰਦੇ ਹਾਂ ਵੀ ਇਹਨਾਂ 'ਤੇ ਕਰਜ਼ਾ ਬਹੁਤ ਜ਼ਿਆਦਾ ਹੈ, ਬੱਚਿਆਂ ਨੂੰ ਉਹਨਾਂ ਕਿੱਥੋਂ ਲਿਆ ਕੇ ਖਵਾਵੇ। ਕਿੰਨਾ ਕਰਜ਼ਾ ਲੱਗਦਾ ਇਹਨਾਂ 'ਤੇ? ਹੈਗਾ 6 ਲੱਖ ਰੁਪਈਆ ਕਰਜ਼ਾ। ਸਰਕਾਰ ਨੇ, ਪਿਛਲੀ ਸਰਕਾਰ ਨੇ ਕਿਹਾ ਸੀ ਅਸੀਂ ਕਰਜ਼ੇ ਮਾਫ਼ ਕਰਾਂਗੇ, ਇਹ ਕਰਜ਼ਾ ਤੁਹਾਡਾ ਕਿਹੜਾ? ਬੈਂਕ ਕਰਜ਼ਾ ਜਾਂ ਆੜ੍ਹਤੀ ਕਰਜ਼ਾ ਜਾਂ ਲੋਕਾਂ ਤੋਂ ਉਧਾਰ ਲਿਆ ਕਰਜ਼ਾ? ਆੜ੍ਹਤ ਦਾ ਵੀ ਹੈਗਾ ਕਰਜ਼ਾ ਸਾਡਾ। ਅੱਛਾ ਜੀ, ਆੜ੍ਹਤ ਦਾ ਹੈਗਾ 3 ਲੱਖ ਰੁਪਈਆ ਕਰਜ਼ਾ ਜੀ। ਬਾਕੀ ਸਾਡਾ ਬੈਂਕ ਦਾ ਹੈਗਾ ਸੀ, ਇਸ ਭਰਾ ਨੇ ਥੋੜ੍ਹੀ ਬਹੁਤੀ ਜ਼ਮੀਨ ਵੇਚਤੀ, ਬੈਂਕ ਦਾ ਲਾ ਦਿੱਤਾ ਸੀਗਾ। ਤੁਹਾਨੂੰ ਮਾਫ਼ ਨਹੀਂ ਹੋਇਆ ਜੀ? ਨਹੀਂ, ਸਾਨੂੰ ਮਾਫ਼ ਹੋਇਆ ਸੀ, ਅਤੇ ਹੁਣ ਕੁਛ ਵੀ ਨਹੀਂ ਰਹਿ ਗਿਆ ਇਹਨਾਂ ਕੋਲੋਂ। ਹੁਣ ਪਿਲਸਣ ਆਏ, ਉਹਦੇ ਨਾਲ ਗੁਜ਼ਾਰਾ ਚੱਲਦਾ ਹੈ, ਜਾਂ ਥੋੜ੍ਹੀ ਬਹੁਤੀ ਅਸੀਂ ਹੈਲਪ ਕਰ ਦੇਈਦਾ ਇਹਨਾਂ ਦੀ। ਇਹਨਾਂ ਨੂੰ ਮਿਲਦੀ ਹੈ, ਵੱਡੇ ਕਾਕੂ ਦੀ ਤੇ ਸੈਂਟਰ ਦੀ ਲੱਗੀ ਹੋਈ ਹੈ, ਛੋਟੇ ਬੱਚਿਆਂ ਦੀ 5 ਮਹੀਨੇ ਹੋ ਗਏ ਨਹੀਂ ਸਜਾਈ ਪਿਲਸਣ। ਹੁਣ ਭੈਣ ਭਰਾ ਥੋੜ੍ਹਾ ਬਹੁਤਾ ਦਿੰਦਾ, ਉਹ ਭੈਣ ਭਰਾ ਵੀ ਛੱਡ ਗਏ ਨੂੰ, ਵੀ ਇਹ ਨਾ ਹੋਵੇ ਕਿਤੇ ਸਾਡੇ ਕੋਲੋਂ ਮਤ ਮੰਗ ਨਾ ਲੈਣ। ਸਾਰੇ ਰਿਸ਼ਤੇਦਾਰ ਛੱਡ ਗਏ ਨੂੰ, ਪਰ ਇਸ ਤੁਹਾਡੇ ਜਿਹੜੇ ਭਤੀਜੇ ਨੇ ਜਾਂ ਤੁਹਾਡੀ ਭਰਜਾਈ ਉਸ ਪਰਿਵਾਰ ਨਾਲ ਇਸ ਤਰ੍ਹਾਂ ਦਾ ਹੀ ਹੋ ਰਿਹਾ ਵਰਤਾਓ? ਹਾਂਜੀ, ਰਿਸ਼ਤੇਦਾਰ ਵੀ, ਲੋਕ ਵੀ, ਸਮਾਜ ਸੇਵੀ ਸੰਸਥਾਵਾਂ ਸਭ ਛੱਡ ਗਏ ਨੂੰ। ਹੁਣ ਤੁਹਾਡੀ ਕੀ, ਜੇ ਆਉਣ ਵਾਲੇ ਸਮੇਂ 'ਚ ਸਾਨੂੰ ਪਤਾ ਲੱਗਿਆ ਵੀ ਲੀਡਰ ਆਉਂਦੇ ਸੀ, ਤੁਹਾਨੂੰ ਵੱਡੇ ਵੱਡੇ ਵਾਅਦੇ ਕਰਦੇ ਸੀ, ਅਸੀਂ ਤੁਹਾਡੇ ਬੱਚਿਆਂ ਵਾਸਤੇ ਆਹ ਕਰਾਂਗੇ ਆਹ ਕਰਾਂਗੇ, ਪਰ ਵੋਟਾਂ ਲੈਣ ਤੋਂ ਬਾਅਦ ਚਲੇ ਜਾਂਦੇ? ਇਹਨਾਂ ਬੱਚਿਆਂ ਦੀਆਂ ਵੀ ਵੋਟਾਂ ਉਹਨਾਂ ਲੋਕਾਂ ਨੇ ਲਈਆਂ ਨੇ, ਲੀਡਰਾਂ ਨੇ, ਪਰ ਹੁਣ ਤੁਸੀਂ ਜਿਹੜਾ ਅਗਾਂਹ ਵੋਟਾਂ ਆਉਣੀਆਂ ਨੇ ਉਹਦੇ ਵਿੱਚ ਇਹਨਾਂ ਬੱਚਿਆਂ ਦੀਆਂ ਵੋਟਾਂ ਕੀ ਪਾਓਗੇ ਇਹਨਾਂ ਲੀਡਰਾਂ ਨੂੰ ਜਿਹੜੇ? ਨਹੀਂ, ਅਸੀਂ ਪਾਣੀ, ਜੇ ਸਾਡੀ ਕੋਈ ਮੰਗ ਪੂਰੀ ਨਹੀਂ ਹੋਏਗੀ ਨਾ ਅਸੀਂ ਵੋਟ ਨਹੀਂ ਪਾਣੀ। ਲੀਡਰ ਆਉਣੋ, ਪਿੰਡ ਦੇ ਪੰਚਾਇਤ ਹੋਵੇ, ਅਸੀਂ ਕਿਸ ਗੱਲੋਂ ਹੁਣ ਵੋਟਾਂ ਕਿਸ ਤਰ੍ਹਾਂ ਪਾਈ? ਤੁਸੀਂ ਇਹਨਾਂ ਦਾ ਕਿਸ ਤਰ੍ਹਾਂ ਬਾਈਕਾਟ ਕਰੋਗੇ, ਇਹਨਾਂ ਨੂੰ ਵਿਰੋਧ ਕਿਸ ਤਰ੍ਹਾਂ ਇਹਨਾਂ ਦਾ ਵਿਰੋਧ ਜਿਤਾਓਗੇ? ਤੁਹਾਡੀ ਜਿਹੜੀ ਮੰਗ ਨਹੀਂ ਪੂਰੀ ਕੀਤੀ ਤੁਹਾਡੇ, ਤੁਸੀਂ ਇੰਨਾ ਸੰਤਾਪ, ਕੁਦਰਤ ਦੀ ਮਾਂ ਦਾ ਸੰਤਾਪ ਬੋਲ ਰਹੇ ਹੋ? ਅਸੀਂ ਉਹਨਾਂ ਨੂੰ ਇਹ ਕਹਾਂਗੇ ਵੀ ਤੁਸੀਂ ਜਿੰਨੀਆਂ ਮੰਗਾਂ ਰੱਖੀਆਂ ਨੂੰ ਸਾਡੀ ਕੋਈ ਮੰਗ ਨਹੀਂ ਪੂਰੀ ਹੋਈ, ਅਸੀਂ ਵੋਟ ਨਹੀਂ ਹੁਣ ਤੁਹਾਨੂੰ ਪਾਉਣੀ, ਸਾਡੀ ਵੋਟ ਦੀ ਤੁਸੀਂ ਕੀਮਤ ਨਹੀਂ ਪਾ ਸਕਦੇ ਨੇ, ਅਸੀਂ ਤੁਹਾਨੂੰ ਵੋਟਾਂ ਪਾਉਣੇ ਹੈ, ਸਾਡੀ ਗਰੀਬਾਂ ਦੀ ਵੋਟਾਂ ਨਾਲ ਤੁਸੀਂ ਬਣਦੇ ਨੇ। ਹੁਣ ਅਗਲੀ ਖਬਰ ਹੈ ਬਟਾਲਾ ਤੋਂ। ਬਟਾਲਾ ਵਿੱਚ ਬੀਤੀ ਦਿਨੀ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਦੇ ਭਰਾ ਮੁਕੇਸ਼ ਨਈਅਰ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੀ ਜਾਂਚ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਸੀ, ਪਰ ਪਰਿਵਾਰ ਪੁਲਿਸ ਦੀ ਜਾਂਚ ਤੋਂ ਸੰਤੁਸ਼ਟ ਨਹੀਂ ਹੈ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਜੋ ਇਹ ਲੁੱਟ ਦੀ ਵਜ੍ਹਾ ਦੱਸੀ ਜਾ ਰਹੀ ਹੈ ਉਹ ਬਿਲਕੁਲ ਗਲਤ ਹੈ। ਦੱਸ ਦਈਏ ਕਿ ਪਰਿਵਾਰ ਨੇ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਦੀ ਜਾਂਚ ਤੇ ਕਈ ਸਵਾਲ ਉਠਾਏ ਨੇ। ਇਸ ਮੌਕੇ ਤੇ ਮ੍ਰਿਤਕ ਦੀ ਪਤਨੀ ਨੇ ਇਹ ਵੀ ਕਿਹਾ ਕਿ ਜੇਕਰ ਉਸ ਦੇ ਪਤੀ ਦੇ ਕਾਤਲਾਂ ਨੂੰ ਸਾਹਮਣੇ ਨਾ ਲਿਆਂਦਾ ਗਿਆ ਤਾਂ ਉਹ ਪੁਲਿਸ ਥਾਣੇ ਅੱਗੇ ਸੁਸਾਈਡ ਕਰ ਲਵੇਗੀ। ਇਹਦੀ ਪ੍ਰੈਸ ਕਾਨਫਰੰਸ, ਸਾਡਾ ਜਿਹੜਾ ਛੋਟਾ ਭਰਾ ਮੁਕੇਸ਼ ਨਈਅਰ ਆ, ਜਿਹਦਾ ਪਿਛਲੇ ਦਿਨਾਂ ਬੜੀ ਬੇਰਾਮੀ ਨਾਲ ਕਤਲ ਹੋਇਆ, ਅੱਜ ਤੱਕ ਜਿੰਨੀ ਵੀ ਜਾਂਚ ਹੋਈ ਹੈ ਸਾਡਾ ਪਰਿਵਾਰ ਉਸ ਜਾਂਚ ਤੋਂ ਬਿਲਕੁਲ ਸੰਤੁਸ਼ਟ ਨਹੀਂ ਹੈ, ਕਿਉਂਕਿ ਪੁਲਿਸ ਕਹਿੰਦੀ ਹੈ ਵੀ ਇਹ ਲੁੱਟ ਖੋਹ ਦੇ ਮਸਲੇ ਨਾਲ ਇਹ ਕਤਲ ਹੋਇਆ, ਜਦਕਿ ਜੋ ਸਾਡੇ ਭਰਾ ਕੋਲ ਜਿਊਲਰੀ ਸੀਗੀ, ਜੋ ਜੇਬ 'ਚ ਕੈਦ ਸੀਗਾ, ਉਹ ਮੌਕੇ 'ਤੇ ਬਰਾਮਦ ਹੋਇਆ। ਤਾਂ ਸਭ ਤੋਂ ਪਹਿਲਾਂ ਤਾਂ ਪੁਲਿਸ 'ਤੇ ਇਹੀ ਉਂਗਲ ਖੜੀ ਹੁੰਦੀ ਆ, ਪਰ ਅਗਰ ਲੁੱਟ ਖੋਹ ਸੀਗੀ ਤਾਂ ਫਿਰ ਉਹਨਾਂ ਦੀ ਜਿਊਲਰੀ ਉਹਦੇ ਕੋਲ ਕਿਉਂ, ਫਿਰ ਉਹ ਲੁੱਟ ਖੋਹ ਕਰਕੇ ਜਿਊਲਰੀ ਲੈ ਜਾਂਦੇ। ਇਸ ਕਰਕੇ ਇਹ ਜਿਹੜੀ ਜਾਂਚ ਹੈ ਸਹੀ ਦਿਸ਼ਾ ਵਾਲੇ ਪਾਸੇ ਨਹੀਂ ਗਈ ਹੈ, ਪਰਿਵਾਰ ਦਾ ਪੂਰੇ ਬਟਾਲੇ ਸ਼ਹਿਰ ਦਾ ਰੋਸ ਹੈ, ਇਹ ਜਾਂਚ ਵਧੀਆ ਤਰੀਕੇ ਨਾਲ ਹੋਣੀ ਚਾਹੀਦੀ ਹੈ। ਲੇਕਿਨ ਆਪਾਂ ਵਾਰ ਵਾਰ ਪੁਲਿਸ ਸਾਨੂੰ ਆਸ਼ਵਾਸਨ ਦੇ ਰਹੀ ਹੈ ਲੇਕਿਨ ਕਰ ਕੁਛ ਨਹੀਂ ਰਹੀ, ਤਾਂ ਮੈਨੂੰ ਲੱਗਦਾ ਕਿ ਸਾਡੇ ਪਰਿਵਾਰ ਨੂੰ ਜਿਹੜਾ ਹੈਗਾ ਆਦਰਣੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ 1 ਹਫ਼ਤੇ ਦਾ ਟਾਈਮ ਪੁਲਿਸ ਨੂੰ ਆਪਾਂ ਦਿੱਤਾ, ਨਹੀਂ ਤਾਂ 1 ਹਫ਼ਤੇ ਬਾਅਦ ਆਪਾਂ ਇੱਕ ਪਟੀਸ਼ਨ ਦਾਇਰ ਕਰਨ ਜਾ ਰਹੇ ਹਾਂ। ਉਹਦੇ ਬਾਅਦ ਆਪਾਂ ਦੇਖਾਂ ਕਿ ਸੈਂਟਰ ਦੀ ਕਿਸੇ ਵੀ ਏਜੰਸੀ ਕੋਲੋਂ ਆਪਾਂ ਜਾਂਚ ਦੀ ਮੰਗ NIA ਕੋਲੋਂ ਜਾਂ CBI ਕੋਲੋਂ ਇਸ ਕੇਸ ਦੀ ਜਿਹੜੀ ਜਾਂਚ ਹੈਗੀ NIA ਜਾਂ CBI ਕਰੇ ਤਾਂ ਜੋ ਸੱਚਾਈ ਸਾਹਮਣੇ ਆ, ਕਿਉਂਕਿ ਪੁਲਿਸ ਕਹਿ ਰਹੀ ਹੈ ਵੀ ਸਕੂਟੀ ਨਹਿਰ 'ਚੋਂ ਬਰਾਮਦ ਕੀਤੀ ਹੈ, ਅਸੀਂ ਕਹਿ ਰਹੇ ਹਾਂ ਵੀ ਉਸ ਸਕੂਟੀ ਦੇ ਵਿੱਚ 1.5 ਲੱਖ ਰੁਪਈਆ ਸੀਗਾ, ਪੁਲਿਸ ਕਹਿ ਰਹੀ ਹੈ 15,000 ਰੁਪਈਆ ਸੀਗਾ। ਅਗਰ 15,000 ਰੁਪਈਆ ਤਾਂ ਪੁਲਿਸ ਨੂੰ, ਅਗਰ ਸਕੂਟੀ ਜਦੋਂ ਪੁਲਿਸ ਨੇ ਬਰਾਮਦ ਕੀਤੀ ਹੈ ਮੀਡੀਆ ਦੇ ਸਾਹਮਣੇ ਉਸ ਨਹਿਰ ਦੇ ਵਿੱਚੋਂ ਸਕੂਟੀ ਕੱਢਦੇ, ਮੀਡੀਆ ਦੇ ਸਾਹਮਣੇ ਉਹਦੀ ਡਿੱਗੀ ਦਾ ਲਾਗ ਤੋੜ ਕੇ ਦੱਸਦੇ ਵੀ ਉਹਦੇ ਵਿੱਚ ਇਹ ਬਰਾਮਦ ਹੋਇਆ, ਆਪਾਂ ਕਿਸ ਤਰ੍ਹਾਂ ਮੰਨ ਲਈਏ ਵੀ 1.5 ਲੱਖ ਰੁਪਇਆ ਉਹਦੇ ਵਿੱਚ ਪਿਆ ਹੋਵੇ ਤਾਂ ਉਹਦੇ ਵਿੱਚ ਪੁਲਿਸ ਅੱਜ ਕਹਿ ਰਹੀ ਹੈ ਵੀ 15,000 ਬਰਾਮਦ ਹੋਇਆ। ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸ਼ੱਕ ਦੇ ਘੇਰੇ ਵਿੱਚ ਆ। ਆਪਾਂ ਪੁਲਿਸ ਦੀ ਜਾਂਚ 'ਤੇ 5% ਵੀ ਸੰਤੁਸ਼ਟ ਨਹੀਂ ਹੈਗੇ, ਆਪਣੀ ਸੰਤੁਸ਼ਟੀ ਵਾਸਤੇ ਵੀ ਸਾਡੇ ਭਰਾ ਨਾਲ ਕੀ ਹੋਇਆ ਉਹਦੇ ਵਾਸਤੇ ਆਪਾਂ ਸਪੱਸ਼ਟ ਤੌਰ 'ਤੇ ਕਹਿ ਰਹੇ ਹਾਂ ਵੀ ਅਗਰ ਹਾਈਕੋਰਟ 'ਚ ਵੀ ਜਾਣਾ ਪਿਆ ਸੈਂਟਰ ਦੀ ਏਜੰਸੀ ਕੋਲੋਂ ਮੰਗ ਕਰਾਂਗੇ ਹਾਈਕੋਰਟ 'ਚ ਵੀ ਸਾਡੀ ਜਿਹੜੀ ਆ ਜਾਂਚ ਆ ਕਿਸੇ ਸੈਂਟਰ ਦੀ ਏਜੰਸੀ ਕੋਲ ਹੋਏ। ਹਾਂਜੀ ਪ੍ਰਧਾਨ ਜੀ, ਜਿਹੜਾ ਮੁਕੇਸ਼ ਕੀਤੀ ਆ, ਕੀ ਕਹਿਣਾ ਤੁਹਾਡਾ? ਮੈਂ ਜਿਹੜੀ ਆ ਇਹਦੇ ਬਾਰੇ ਇੰਨਾ ਹੀ ਕੀ ਆ, ਜਿਹੜੀ ਜਾਂਚ ਪੁਲਿਸ ਦੀ ਆ ਇਹ ਕੰਪਲੀਟ ਨਹੀਂ ਹੈਗੀ, ਇਸ ਨੂੰ ਕੰਪਲੀਟ ਕੀਤਾ ਜਾਵੇ, ਕਿਉਂਕਿ
ਉਹਨਾਂ ਦੇ ਬਾਰੇ ਕਿਹੜੀਆਂ ਏਜੰਸੀਆਂ ਨੇ ਕਰਵਾਇਆ ਉਹਦੇ ਬਾਰੇ ਜਿਹੜੀ ਆ ਆਪਾਂ ਐਸ ਐਸ ਪੀ ਸਾਹਿਬ ਕੋਲੋਂ ਮੰਗ ਕਰਦੇ, ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਕਿ ਇਹਨੂੰ ਜਿਹੜੀ ਆ ਪੂਰੀ ਦੁੱਧ ਦੁੱਧ ਅਤੇ ਪਾਣੀ ਦਾ ਪਾਣੀ ਕੀਤਾ ਜਾਵੇ ਅਤੇ ਜੇ ਪ੍ਰਸ਼ਾਸਨ ਅਜੇ ਵੀ ਗੌਰ ਨਹੀਂ ਕਰਦਾ ਫਿਰ ਅਤੇ ਫਿਰ ਉਹਦੇ ਬਾਰੇ ਜੋ ਪੰਜਾਬ ਪ੍ਰਧਾਨ ਯੋਗ ਸ਼ਰਮਾ ਜੀ ਲਿਖਣਗੇ ਜੋ ਮੇਰੀ ਪਾਰਟੀ ਉਹ ਕਹੂੰਗਾ ਉਹਦੇ ਮੁਤਾਬਕ ਆਪਾਂ ਚੱਲਾਂਗੇ। ਇੱਕ ਨਜਾਇਜ਼ ਸਬੰਧਾਂ ਦੀ ਗੱਲ ਸ਼ਹਿਰ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਇਹ ਪੁਲਿਸ ਵੱਲੋਂ ਇਹ ਗੱਲ ਫੈਲਾਈ ਗਈ ਆ ਕਿਉਂਕਿ ਮੇਰੇ ਕੋਲ ਰਿਕਾਰਡਿੰਗ ਆ ਕਿ ਕਿਹੜੇ ਅਫਸਰਾਂ ਨੇ ਇਹ ਗੱਲ ਫੈਲਾਈ ਆ ਕਿ ਨਜਾਇਜ਼ ਸਬੰਧਾਂ ਦਾ ਹੀ, ਕਿਉਂਕਿ ਸਿਰਫ ਜਿਹੜਾ ਪਿਆਰ ਬਟਾਲੇ ਜਨਤਾ ਨੇ ਸਾਨੂੰ ਦਿੱਤਾ ਉਹ ਇਹਨਾਂ ਦੇ ਹਜ਼ਮੀ ਆ, ਉਹਦੇ ਕਰਕੇ ਇਹਨਾਂ ਨੇ ਫੈਲਾਈ ਆ। ਦੇਖੋ ਜਦੋਂ ਪੁਲਿਸ ਨੂੰ ਹਰ ਇੱਕ ਕਲੂ ਅਸੀਂ ਦਿੱਤਾ, ਅਸੀਂ ਉਹਨਾਂ ਨੂੰ ਕਿਹਾ ਕਿ ਆ ਬਲੱਡ ਜਿਹੜਾ ਤਿੰਨ ਚਾਰ ਜਗ੍ਹਾ 'ਤੇ ਪਿਆ ਹੋਇਆ ਉਹਨਾਂ ਦੀ ਜਾਂਚ ਕੀਤੀ ਜਾਏ, ਸਾਨੂੰ ਅੱਜ ਤੱਕ ਨਹੀਂ ਕੁਛ ਪਤਾ ਲੱਗਾ। ਠੀਕ ਹੈ, ਦੂਸਰੀ ਗੱਲ, ਆਪਾਂ ਕੋਈ ਵੀ ਚੀਜ਼ ਆ ਅਸੀਂ ਨਾਮ ਨਹੀਂ ਲੈਂਦੇ, ਪੁਲਿਸ ਕੀ ਕਰਦੀ ਪਈ ਹੈ ਸਾਨੂੰ ਉਹ ਚਾਹੀਦਾ। ਠੀਕ ਹੈ, ਦੂਸਰਾ ਮੇਰਾ ਉੱਪਰ ਸਰਕਾਰ ਤੱਕ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਵੀ ਹੋ ਰਿਹਾ ਇਹ ਹਫ਼ਤੇ ਤੱਕ ਸਾਨੂੰ ਕਲੀਅਰ ਕਰਨ, ਮੇਰੇ ਹਸਬੈਂਡ ਦੇ ਕਾਤਲਾਂ ਨੂੰ ਸਾਹਮਣੇ ਲਿਆਉਣ। ਦੂਸਰਾ, ਮੈਨੂੰ ਹਫ਼ਤੇ ਤੱਕ ਨਾ ਪਤਾ ਲੱਗਾ, ਦੇਖੋ ਮੇਰਾ ਇਸ ਤੋਂ ਮਾੜਾ ਕੁਛ ਨਹੀਂ ਹੋ ਸਕਦਾ, ਕੁਛ ਨਹੀਂ ਹੋ ਸਕਦਾ। ਮੈਂ ਆਪਣੇ ਬੱਚੇ ਲੈ ਕੇ ਮੈਂ ਪੁਲਿਸ ਥਾਣੇ ਦੇ ਬਾਹਰ ਸੁਸਾਈਡ ਕਰ ਲਾਂਗੀ ਅਗਰ ਮੇਰੇ ਹਸਬੈਂਡ ਦੇ ਕਾਤਲ ਮੇਰੇ ਸਾਹਮਣੇ ਨਾ ਆਏ ਤੀ। ਦੂਸਰੀ ਗੱਲ, ਇਹ ਜਿਹੜੇ ਇਲਜ਼ਾਮਬਾਜ਼ੀਆਂ ਹੋ ਰਹੀਆਂ ਜਾਂ ਕੁਛ ਵੀ ਹੋ ਗਿਆ, ਮੇਰਾ ਹਸਬੈਂਡ ਇੱਕ ਨਿਤ ਨਿਯਮ ਵਾਲਾ ਬੰਦਾ ਸੀ, ਉਹਦਾ ਰੱਬ ਦੇ ਨਾਂ ਲੈਣ ਵਾਲਾ ਬੰਦਾ ਸੀ, ਉਹਦੇ 'ਤੇ ਇਹੋ ਜਿਹੇ ਇਲਜ਼ਾਮ ਲਗਾਉਣ ਦੇ ਤੁਸੀਂ ਹੱਕਦਾਰ ਨਹੀਂ ਹੈਗੇ। ਜੇ ਇੰਨੀ ਦੁਨੀਆ ਕਹਿ ਰਹੀ ਆ ਕਿ ਉਹ ਅੱਛਾ ਇਨਸਾਨ ਸੀ, ਅਗਰ ਤੁਸੀਂ ਉਹਦੇ ਨਾਲ ਐਗਰੀ ਨਹੀਂ ਹੈਗੇ ਤਾਂ ਬੇਸ਼ੱਕ ਮੇਰੀ ਹਮਦਰਦੀ ਦਾ ਮਜ਼ਾਕ ਨਾ ਬਣਾਓ, ਮੇਰੇ ਨਾਲ ਆ ਕੇ ਖੜ੍ਹੇ ਨਾ ਹੋਵੋ, ਪਲੀਜ਼। ਇਹ ਰਿਕੁਐਸਟ ਹੈ ਤੁਹਾਡੇ ਅੱਗੇ, ਮੈਂ ਇਹੀ ਕਹਾਂਗੀ ਕਿ ਉੱਪਰ ਤੱਕ ਸਰਕਾਰ ਨੂੰ ਰਿਕੁਐਸਟ ਹੈ ਮੇਰੀ, ਮੇਰੇ ਹਸਬੈਂਡ ਦੇ ਕਾਤਲਾਂ ਨੂੰ ਲੱਭੋ। ਕੋਰੋਨਾ ਵਾਇਰਸ ਦੇ ਉੱਤੇ ਪੂਰੀ ਦੁਨੀਆ ਦੀ ਨਜ਼ਰ ਬਣੀ ਹੋਈ ਹੈ, ਉੱਥੇ ਪੰਜਾਬ ਵਿੱਚ ਵੀ ਇਸ ਵਾਇਰਸ ਕਾਰਨ ਕਾਫੀ ਦਹਿਸ਼ਤ ਦਾ ਮਾਹੌਲ ਹੈ ਤੇ ਲੋਕ ਇੰਨੇ ਕੁ ਅਵੇਅਰ ਜ਼ਰੂਰ ਹੋ ਚੁੱਕੇ ਨੇ ਕਿ ਉਹ ਇਸ ਵਾਇਰਸ ਤੋਂ ਬਚਣ ਲਈ ਮਾਸਕ ਤੇ ਸੈਨੀਟਾਈਜ਼ਰ ਦੀ ਖਰੀਦਦਾਰੀ ਕਰ ਰਹੇ ਨੇ। ਪਰ ਉੱਥੇ ਹੀ ਇਹਨਾਂ ਦੋਹਾਂ ਦੀ ਮਾਰਕੀਟ ਵਿੱਚ ਡਿਮਾਂਡ ਵਧਣ ਕਾਰਨ ਮਾਰਕੀਟ ਵਿੱਚ ਮਾਸਕ ਤੇ ਸੈਨੀਟਾਈਜ਼ਰ ਦਾ ਸਟਾਕ ਵੀ ਖਤਮ ਹੋ ਰਿਹਾ ਹੈ। ਉੱਥੇ ਹੀ ਇਸ ਵਾਇਰਸ ਦੀ ਆੜ ਵਿੱਚ ਕੁਝ ਦੁਕਾਨਦਾਰ ਮਾਸਕ ਤੇ ਸੈਨੀਟਾਈਜ਼ਰ ਮਹਿੰਗੇ ਭਾਅ ਤੇ ਵੇਚ ਰਹੇ ਨੇ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ SMO ਭੁਪਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਕੋਈ ਦੁਕਾਨਦਾਰ ਅਜਿਹੀ ਹਰਕਤ ਕਰਦਾ ਹੋਇਆ ਫੜਿਆ ਜਾਂਦਾ ਹੈ ਤਾਂ ਉਸ ਉੱਤੇ ਸਖ਼ਤ ਕਾਰਵਾਈ ਵੀ ਹੋ ਸਕਦੀ ਹੈ। ਭਾਅ ਜੀ, ਮਾਸਕ ਦਾ ਤਾਂ ਇੱਦਾਂ ਕਿ ਅੱਜ ਕੱਲ੍ਹ ਬੜੀ ਸ਼ੋਰਟੇਜ ਚੱਲਦੀ ਪਈ ਹੈ, ਕੋਈ 15-20 ਜਣੇ ਤਾਂ ਤਕਰੀਬਨ ਅਸੀਂ ਮੋੜ ਹੀ ਦਿੰਦੇ ਰੋਜ਼, ਬਾਕੀ ਕੁਛ ਬਾਜ਼ਾਰੋਂ ਹੀ ਪੁੱਛ ਕੇ ਆਉਂਦੇ ਨੇ ਅਤੇ ਕਾਫੀ ਦਿਨ ਹੋ ਗਏ, ਵੈਸੇ 3-4 ਦਿਨ ਹੋ ਗਏ ਘੱਟ ਮਿਲਦੇ ਪਏ ਨੇ ਅਤੇ ਸ਼ੋਰਟੇਜ ਬਹੁਤ ਜ਼ਿਆਦਾ ਹੈ, ਡਿਮਾਂਡ ਬਹੁਤ ਜ਼ਿਆਦਾ ਹੈ, ਅਵੇਲੇਬਿਲਟੀ ਹੈ ਨਹੀਂ। ਔਰ ਕਿਉਂਕਿ ਜਿਸ ਤਰ੍ਹਾਂ ਕਿ ਹੁਣ ਕਈ ਜਗ੍ਹਾ 'ਤੇ ਆਪਾਂ ਪੁੱਛਿਆ ਕਿ ਕਹਿੰਦੇ ਖਤਮ ਹੋ ਗਏ ਆ, ਔਰ ਤੁਹਾਡੇ ਕੋਲ ਵੀ ਹੈਗੇ ਆ ਜਾਂ ਨਹੀਂ? ਜੇ ਨਹੀਂ ਹੈਗੇ ਤਾਂ ਜੇ ਤੁਸੀਂ ਮਾਰਕੀਟ 'ਚ ਤੁਹਾਨੂੰ ਮਿਲ ਰਹੇ ਆ, ਆ ਰਹੇ ਪਰ ਸਟਾਕ? ਨਹੀਂ ਭਾਅ ਜੀ, ਖਤਮ ਹੋ ਗਏ ਨੇ, ਅਤੇ ਸੈਨੀਟਾਈਜ਼ਰ ਖਤਮ ਹੋ ਗਏ ਨੇ। ਮੈਂ ਬਾਜ਼ਾਰ ਵੀ ਗਿਆ ਸੀਗਾ, ਹੈ ਨਹੀਂ ਕਦੇ ਕਿਸੇ ਕੋਲ ਅਵੇਲੇਬਿਲਟੀ, ਹੈ ਨਹੀਂ ਗੀ ਸੈਨੀਟਾਈਜ਼ਰ ਵੀ, ਹੈ ਨਹੀਂ ਨਹੀਂ ਪਹਿਲੇ ਨਾਲੋਂ ਤਾਂ ਭਾਅ ਜੀ ਥੋੜ੍ਹਾ ਫਰਕ ਹੀ ਹੈ ਰੇਟਾਂ ਦਾ, ਜਦੋਂ ਚੀਜ਼ ਦੀ ਡਿਮਾਂਡ ਵੱਜ ਤੁਹਾਨੂੰ ਪਤਾ ਹੀ ਥੋੜ੍ਹਾ ਬਹੁਤਾ 19-20 ਦਾ ਫਰਕ ਤਾਂ ਪੈਂਦਾ ਹੀ। ਡਾਕਟਰ ਸਾਹਿਬ, ਇੱਕ ਸਾਰਿਆਂ ਨਾਲੋਂ ਵੱਡੀ ਗੱਲ ਹੈ ਦੇਖਣ ਨੂੰ ਮਿਲ ਰਹੀ ਹੈ, ਜਿਸ ਤਰ੍ਹਾਂ ਕਿ ਕਰੋਨਾ ਵਾਇਰਸ ਦੀ ਦਹਿਸ਼ਤ ਤਾਂ ਹੈ ਹੀ ਹੈ, ਪਰ ਜਿਹੜੇ ਦੁਕਾਨਦਾਰ ਹੈ, ਮੈਡੀਕਲ ਸਟੋਰ ਵਾਲੇ ਹੈਗੇ ਆ, ਉਹ ਨਜਾਇਜ਼ ਫਾਇਦਾ ਵੀ ਉਠਾ ਰਹੇ ਨੇ ਆਪਣੇ ਫਾਇਦੇ ਲਈ, ਸੈਨੇਟਾਈਜ਼ਰ ਔਰ ਮਾਸਕ ਮਹਿੰਗੇ ਭਾਅ 'ਤੇ ਮਿਲ ਰਿਹਾ, ਇਹਦੇ ਬਾਰੇ ਕੀ ਕਹਿਣਾ? ਇਹ ਬਿਲਕੁਲ ਹੀ ਇੱਕ ਗਲਤ ਐਕਸਪਲੋਇਟੇਸ਼ਨ ਹੈਗੀ ਹੈ, ਜਿਹੜੇ ਕਿ ਨੈਸ਼ਨਲ ਇੰਟਰਸਟ ਦੇ ਵਿੱਚ ਵੀ ਇਹ ਚੀਜ਼ ਨਹੀਂ ਕਰਨੀ ਚਾਹੀਦੀ। ਕੱਲ੍ਹ ਹੀ ਸਾਡੀ DC ਸਰ ਨਾਲ ਇੱਕ ਲੰਬੀ ਚੌੜੀ ਸਾਰੇ ਡਿਪਾਰਟਮੈਂਟਸ ਦੀ ਮੀਟਿੰਗ ਸੀਗੀ, ਉਹਦੇ 'ਚ DC ਸਾਹਿਬ ਨੇ ਬੜੇ ਸਟ੍ਰਿਕਟ ਵਰਡਸ ਦੇ ਵਿੱਚ ਕਿਹਾ ਸਰ ਨੇ ਕਿ ਅਗਰ ਕੋਈ ਵੀ ਬੰਦਾ ਇਸ ਤਰ੍ਹਾਂ ਪਕੜਿਆ ਗਿਆ, ਕੋਈ ਵੀ ਕੈਮਿਸਟ ਇਸ ਤਰ੍ਹਾਂ ਜਾਂ ਕੋਈ ਵੀ ਬੰਦਾ ਇਸ ਤਰ੍ਹਾਂ ਨਜਾਇਜ਼ ਫਾਇਦਾ ਉਠਾਉਂਦਾ ਦੇਖਿਆ ਗਿਆ ਤਾਂ ਉਹਦੇ ਖਿਲਾਫ਼ ਬਹੁਤ ਜ਼ਿਆਦਾ ਸਖ਼ਤ ਹਦਾਇਤਾਂ ਐਕਸ਼ਨ ਲਿਖਤੇ ਜਾਣਗੇ। ਔਰ ਅਸੀਂ ਜਿਵੇਂ ਡਰੱਗ ਇੰਸਪੈਕਟਰ ਸਾਹਿਬ ਨੂੰ ਵੀ ਇਹ ਰਿਕੁਐਸਟ ਕੀਤੀ ਹੈ ਕਿ ਉਹ ਤੁਸੀਂ ਵੀ ਸਾਰੇ ਜਿਹੜੇ ਕੈਮਿਸਟ ਆ ਉਹਨਾਂ ਨੂੰ ਇਹ ਇੰਸਟਰਕਸ਼ਨਸ ਪਾਸ ਕਰੋ ਕਿ ਇਹੋ ਜਿਹਾ ਕੰਮ ਨਾ ਕਰਨ, ਔਰ ਪੈਨਿਕ ਹੋ ਕੇ ਵੈਸੇ ਲੋਕਾਂ ਨੂੰ ਬਾਏ ਵੀ ਨਹੀਂ ਕਰਨਾ ਚਾਹੀਦਾ। ਅਸੀਂ ਕੈਮਿਸਟ ਐਸੋਸੀਏਸ਼ਨ ਨੂੰ ਵੀ ਇਹ ਰਿਕੁਐਸਟ ਕੀਤੀ ਹੈ ਕਿ ਆਪਣੇ ਪਲੀਜ਼ ਆਪਣੇ ਜਿਹੜੇ ਵੀ ਮੈਂਬਰਸ ਹੈ ਉਹਨਾਂ ਨੂੰ ਕਹਿਣ ਕਿ ਇਸ ਤਰ੍ਹਾਂ ਦੀ ਐਕਸਪਲੋਇਟੇਸ਼ਨ ਜਿਹੜੀ ਹੈ ਬਹੁਤ ਗਲਤ ਗੱਲ ਹੈ। ਔਰ ਮੈਂ ਲੋਕਾਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਇਹ ਕੋਈ ਐਸੀ ਸਟੇਜ ਨਹੀਂ ਹੈਗੀ ਕਿ ਜਿਹੜੇ ਹਰ ਬੰਦੇ ਨੂੰ ਮਾਸਕ ਪਾਉਣ ਦੀ ਜ਼ਰੂਰਤ ਹੈ, ਜਿਸ ਨੂੰ ਕੋਈ ਖਾਂਸੀ ਚੁਕਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਬਸ ਇੰਨਾ ਹੀ, ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਂਦੇ ਆ ਅੱਜ ਦੀਆਂ ਸੁਰਖੀਆਂ ਤੇ।
ਪਟਿਆਲਾ ਵਿੱਚ ਬੇਰੁਜ਼ਗਾਰ ਅਧਿਆਪਕਾਂ ਤੇ ਪੁਲਿਸ ਨੇ ਕੀਤਾ ਲਾਠੀਚਾਰਜ। ਮਹਿਲਾ ਦਿਵਸ ਤੇ ਧਰਨੇ ਤੇ ਬੈਠੀਆਂ ਮਹਿਲਾਵਾਂ ਨੂੰ ਵੀ ਚੱਲਣੇ ਪਏ ਤਸ਼ੱਦਦ। ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਦੀ ਟੁੱਟੀ ਲੱਤ ਤੇ ਕਈ ਪ੍ਰਦਰਸ਼ਨਕਾਰੀ ਹੋਏ ਜ਼ਖਮੀ। ਭਗਵੰਤ ਮਾਨ ਨੇ ਮੋਗਾ ਤੇ ਬਾਗਾ ਪੁਰਾਣਾ ਵਿੱਚ ਕੀਤੀ ਵਪਾਰੀਆਂ ਨਾਲ ਮੀਟਿੰਗ। ਮੀਟਿੰਗ ਵਿੱਚ ਕੈਪਟਨ ਤੇ ਬਾਦਲ ਤੇ ਕਸੇ ਤੰਜ। ਮਹਿੰਗੀ ਬਿਜਲੀ ਦੇ ਮੁੱਦੇ ਤੇ 16 ਤਰੀਕ ਨੂੰ ਕੀਤਾ ਜਾਵੇਗਾ ਕੈਪਟਨ ਦੀ ਕੋਠੀ ਦਾ ਘਿਰਾਓ। ਦਿੱਲੀ ਵਾਂਗ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਦਿੱਤਾ ਭਰੋਸਾ। ਸਿਹਤ ਵਿਭਾਗ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ ਕੀਤਾ ਗਿਆ ਚੈੱਕਅਪ। ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਭੇਜਿਆ ਜਾਵੇਗਾ ਡੇਰਾ ਬਾਬਾ ਨਾਨਕ ਹਸਪਤਾਲ ਦੇ ਵਿੱਚ। ਸ਼ਰਧਾਲੂਆਂ ਨੂੰ ਕੋਰੋਨਾ ਤੋਂ ਬਚਾਅ ਲਈ ਦਿੱਤੀਆਂ ਗਈਆਂ ਹਦਾਇਤਾਂ। ਜਲਾਲਾਬਾਦ ਦੇ ਪਿੰਡ ਢੰਡੀ ਖੁਰਦ ਦੇ ਲਾਚਾਰ ਪਰਿਵਾਰ ਦੀ ਦਾਸਤਾਨ। ਦਾਣੇ ਦਾਣੇ ਨੂੰ ਤਰਸ ਰਿਹਾ ਹੈ ਪਰਿਵਾਰ। ਪਰਿਵਾਰ ਦੇ 3 ਮੈਂਬਰ ਕੁਦਰਤ ਦੀ ਮਾਰ ਦਾ ਭੋਗ ਰਹੇ ਨੇ ਸੰਤਾਪ। ਬਟਾਲਾ ਵਿੱਚ ਹੋਏ ਮੁਕੇਸ਼ ਦੇ ਕਤਲ ਤੋਂ ਬਾਅਦ ਪਰਿਵਾਰ ਨੇ ਕੀਤੀ ਪ੍ਰੈਸ ਕਾਨਫਰੰਸ। ਪਰਿਵਾਰ ਪੁਲਿਸ ਪ੍ਰਸ਼ਾਸਨ ਦੀ ਜਾਂਚ ਤੋਂ ਨਹੀਂ ਹੈ ਸੰਤੁਸ਼ਟ। ਮ੍ਰਿਤਕ ਪਤਨੀ ਦਾ ਕਹਿਣਾ, ਜੇਕਰ ਉਸ ਦੇ ਪਤੀ ਦੇ ਕਾਤਲਾਂ ਨੂੰ ਸਾਹਮਣੇ ਨਾ ਲਿਆਂਦਾ ਗਿਆ ਤਾਂ ਪੁਲਿਸ ਥਾਣੇ ਦੇ ਬਾਹਰ ਕੱਢ ਲਵਾਂਗੀ ਸੁਸਾਈਡ। ਤਰਨ ਤਾਰਨ ਵਿੱਚ ਨੌਜਵਾਨ ਦਾ ਕਤਲ ਕਰਕੇ ਲਾਸ਼ ਸੁੱਟੀ ਸੂਏ ਵਿੱਚ। ਮ੍ਰਿਤਕ ਨੌਜਵਾਨ 15 ਦਿਨ ਪਹਿਲਾਂ ਹੋਇਆ ਸੀ ਲਾਪਤਾ। ਪਿੰਡ ਦਾ ਹੀ ਨੌਜਵਾਨ ਲੈ ਕੇ ਗਿਆ ਸੀ ਆਪਣੇ ਨਾਲ ਮ੍ਰਿਤਕ ਵਿਅਕਤੀ ਨੂੰ। ਪਰਿਵਾਰ ਵਾਲਿਆਂ ਨੇ ਕੀਤੀ ਇਨਸਾਫ ਦੀ ਮੰਗ। ਮਾਨਸਾ ਵਿੱਚ ਨੌਜਵਾਨ ਨੇ ਰੇਲ ਗੱਡੀ ਥੱਲੇ ਆ ਕੇ ਦਿੱਤੀ ਆਪਣੀ ਜਾਨ। ਸੁਸਾਈਡ ਨੋਟ ਤੇ ਪੁਲਿਸ ਅਧਿਕਾਰੀ ਸਣੇ 3 ਵਿਅਕਤੀਆਂ ਦਾ ਲਿਖਿਆ ਨਾਮ। ਪਰਿਵਾਰਕ ਮੈਂਬਰਾਂ ਨੇ ਲਗਾਈ ਇਨਸਾਫ ਦੀ ਗੁਹਾਰ। ਕੋਰੋਨਾ ਵਾਇਰਸ ਕਾਰਨ ਪੰਜਾਬ ਵਿੱਚ ਫੈਲੀ ਦਹਿਸ਼ਤ। ਮਾਰਕੀਟ ਵਿੱਚ ਮਾਸਕ ਤੇ ਸੈਨੀਟਾਈਜ਼ਰ ਦੀ ਹੋਈ ਸ਼ਾਰਟੇਜ। ਮਾਸਕ ਤੇ ਸੈਨੀਟਾਈਜ਼ਰ ਮਹਿੰਗੇ ਭਾਅ ਤੇ ਵੇਚਣ ਵਾਲੇ ਦੁਕਾਨਦਾਰਾਂ ਤੇ ਹੋ ਸਕਦੀ ਹੈ ਸਖ਼ਤ ਕਾਰਵਾਈ। ਖਬਰਾਂ ਦੇ ਇਸ ਬੁਲੇਟਿਨ ਵਿੱਚ ਬਸ ਇੰਨਾ ਹੀ। ਮੈਨੂੰ ਸਿਮਰਨ ਕੌਰ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਰੰਗਲਾ ਟੀਵੀ। ਸਤਿ ਸ਼੍ਰੀ ਅਕਾਲ।